ਪੀਣਾ 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 ਇਹਦੀ ਭੈਣ ਨੂੰ ਪੈ ਗਿਆ ਜੌਨ ਸੀਨਾ ਹੁਣ ਕਹੋ ਪੀਣਾ 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 ਮਾਂ ਨੂੰ 6 ਮਹੀਨਾ ਲੱਗ ਤੂੰ ਕੁਛ ਕਿਹਾ ਹੀ ਨਹੀਂ ਇਹਦੀ ਮਾਂ ਚੁੱਕ ਕੇ ਲੈ ਗਈ ਚਲੋ ਕਰੋ ਜੁਗਤਾਂ ਇਹ ਪਹਿਲਾਂ ਸਟੇਸ਼ਨ ਤੇ ਮੰਗਦਾ ਸੀ ਇਹ ਦਿੰਦਾ ਸੀ ਜਦੋਂ ਜੁਗਤ ਕਰੀਏ ਤੇ ਵਿੱਚ ਬੋਲੀਦਾ ਨਹੀਂ ਜਦੋਂ ਵਿੱਚ ਹੋਵੇ ਕੋਈ ਬੋਲ ਸਕਦਾ ਸਾਲਿਆ ਦੱਸ ਇਹਦੀ ਭੈਣ ਨੇ ਤੋਤਾ ਰੱਖਿਆ ਇਹਦੀ ਭੈਣ ਨੇ ਖੋਤਾ ਰੱਖਿਆ ਬਾਜ ਦੀ ਤੁਸੀਂ ਵੀ ਗੱਲ ਕਰੋ ਸਾਲਿਓ ਤੁਸੀਂ ਥੱਥੇ ਹੋ ਗੱਲ ਕਰ ਸਾਲਿਆ ਤੇਰਾ ਬੜਾ ਅੱਧੀ ਤਰ੍ਹਾਂ ਮੂੰਹ ਆ ਤੇਰਾ ਪੌੜੀ ਵਰਗਾ ਮੂੰਹ ਸਾਲਿਆ ਮੈਂ ਜਵਾਬ ਹੀ ਆਇਆ ਆਇਆ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਣ ਦੀ ਪਤਾ ਨਹੀਂ ਤੂੰ ਕਿਹੜੇ ਨੱਕ ਨਾਲ ਫੈਸਲਾ ਬਾਦ ਆ ਜਾਂਦਾ ਯਾਰ ਤੇ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਤੂੰ ਸਾਰੇ ਕਿਹੜੀ ਬੈਕ ਨੇ ਫੈਸਲਾ ਬਾਦ ਰਹਿਣ ਦੇ ਆ ਇੱਥੇ ਤਾਂ ਗੁਜ਼ਾਰੇ ਹੁੰਦੇ ਉਹ ਬੈਕ ਨਾਲ ਓ ਜੀ ਓ ਜੈਕੀ ਚਾਹੁੰਦਾ ਸਾਂਢੂ ਲੱਗਣ ਦੇ ਇਹੋ ਜਿਹੇ ਬੰਦੇ ਸਵੇਰੇ 4 ਵਜੇ ਕਹਿਣ ਨੂੰ ਸ਼ਵੀਕ ਜਾਲਾਂਗੇ ਸ਼ਲਵਾਰ ਉੱਚੀ ਕਰ ਦੀ ਯਾਰ ਹਾਂ ਮੇਰੇ ਵਰਗਾ ਬੰਦਾ ਕਹਿੰਦਾ ਸ਼ਵੀਕ ਜਾਣ ਲੱਗਾ ਸ਼ਲਵਾਰ ਉੱਚੀ ਕਰ ਦੀ ਤੇ ਇਹਦਾ ਕਹਿੰਦਾ ਸ਼ਵੀਕ ਸ਼ਲਵਾਰ ਥੱਲੇ ਰਹਿਣ ਤੇ ਹਜੇ ਮਹੀਨੇ ਵੀ ਆਉਣਾ ਵਾ ਅੱਛਾ ਇਹੋ ਜਿਹੇ ਬੰਦੇ ਭੈਣ ਦਾ ਵਿਆਹ ਤਾਂ ਨਹੀਂ ਕਰਦੇ ਕਿਉਂ ਉਹਨੂੰ ਆਂਡੇ ਖਵਾਈ ਉਹਦੇ ਵੀ ਗਰਮ ਹੋ ਕੇ ਆਪੇ ਨਿਕਲ ਜਾਏਗੀ ਆਪ ਆਪਣੇ ਘਰ ਮੱਛੀ ਪਕਾਈ ਆ ਤੇ ਮੱਛੀ ਖਾ ਖੂ ਕੇ ਨਾਲਦਿਆਂ ਦਾ ਦਰਵਾਜ਼ਾ ਖੜਕਾਉਣ ਲੱਗ ਗਿਆ ਕਹਿੰਦਾ ਭਾਪਸ਼ੀਰ ਅੱਜ ਆਪਣੇ ਮੁੰਡਿਆਂ ਨੂੰ ਬਾਹਰ ਨਾ ਕੱਢੀ ਅੱਜ ਮੇਰੀਆਂ ਭੈਣਾਂ ਨੇ ਮੱਛੀ ਖਾਧੀ ਆ ਸੱਚੀ ਮੁੱਚੀ ਕਹਿੰਦਾ ਖਲੋਤਾ ਇੰਨਾ ਨੀ ਕਰੀ ਜਾਏ ਮੈਂ ਕਿਹਾ ਕੀ ਹੋਇਆ ਕਹਿੰਦਾ ਮੈਨੂੰ ਹਵਾਈ ਚੱਪੇ ਦੇ ਰਹੇ ਅਗਲੇ ਦਿਨ ਆਪਣੇ ਆਪੇ ਨੂੰ ਨਾਲ ਲੈ ਗਿਆ ਉਹਨੂੰ ਹੱਥ ਲੈਣ ਦੇ ਲੈ ਕਰਦਾ ਪੂਰਾ ਕਰਦਾ ਪੂਰਾ ਐਡਾ ਤੈਨੂੰ ਚੱਪਿਆਂ ਦਾ ਮਜ਼ਾ ਆਉਂਦੇ ਆ ਹੈ ਹਥਿਆਰ ਪਕੜਨਾ ਛੋੜੇ ਹੈ ਚਲਾਉਣਾ ਨੀ ਭੁੱਲੇ ਉਹ ਤੈਨੂੰ ਹਥਿਆਰ ਚਲਾਉਣੇ ਆਉਂਦੇ ਜਿੰਨੀ ਦੇਰ ਤੇਰਾ ਸਾਡਾ ਵਿਆਹ ਨੀ ਨਾ ਹੁੰਦਾ ਤੇ ਹਥਿਆਰ ਸਾਡੇ ਚਲਾਈ ਗਿਆ ਇਮਾਨ ਤੁਸੀਂ ਲੋਕ ਬੜੇ ਖੁਸ਼ ਕਿਸਮਤ ਰਾਸ਼ਦ ਕਮਾਲ ਨੂੰ ਵੇਖਣ ਡਏ ਹੋ ਪਰ ਇਹਦੀ ਮਾਂ ਤੈਨੂੰ ਜ਼ਾਇਆ ਕਰਾਉਣ ਲੱਗੀ ਹਾਂ ਮੇਰੀ ਮਾਂ ਮੈਨੂੰ ਜ਼ਾਇਆ ਕਰਾਉਣ ਲੱਗੀ ਇਹਦੀ ਮਾਂ 4 ਬੰਦੇ ਹੋਰ ਬੁਲਾ ਕੇ ਇਹਨੂੰ ਹੋਰ ਵਧਾਉਣ ਲੱਗੀ ਸੀ ਕਹਿੰਦੀ ਲੱਤਾਂ ਦੇ ਲਿਪੜੀਆਂ ਨਿਆਣਾ ਰੱਜਵਾਂ ਹੀ ਹੋਵੇ ਅੱਗੇ ਲੰਬੀ ਕਿਉਂ ਕਰਨਾ ਸਾਰਾ ਉਸੇ ਗੱਲ ਮੁੱਕ ਜਾਂਦੀ ਕੱਲਾ ਸਾਫ਼ ਕਰੀ ਦੀਆਂ ਵੱਡੇ ਲੋਕ ਨੇ ਆਏ ਆਏ ਵਾਹ ਸਾਫ਼ ਚੁੱਕਦਾ ਮੁੰਡਾ ਵੱਡੀ ਤੇ ਸਾਹਮਣੇ ਦਾ ਬੂਹਾ ਖੜਕਾ ਕੇ ਇਹਦਾ ਭਾਈ ਤੁਸੀਂ ਕੁਰਬਾਨੀ ਕਰ ਲਈ ਕਹਿੰਦੇ ਹਾਂਜੀ ਕਰ ਲਈ ਛਾਪਰ ਲੈ ਉਹਦੇ ਆਪਣਾ ਹਿੱਸਾ ਲੈ ਜਾਓ ਛੱਤਾਂ ਤੇ ਪਾਉਣ ਵਾਲਾ ਛਾਪਰ ਲੈ ਗਿਆ ਉਹ ਬੰਦਾ ਵੀ ਫੈਸਲਾ ਬਾਦ ਦਾ ਉਹਨੇ ਪਹਿਲੇ ਅੱਗ ਲਾਈ ਜਦੋਂ ਇੰਨਾ ਕੁ ਰਹਿ ਗਿਆ ਉਹਨੇ ਉੱਤੇ 2 ਬੋਟੀਆਂ ਰੱਖ ਦੀਆਂ ਸ਼ਲਵਾਰ ਦੀ ਜੇਬ ਨੂੰ ਹੱਥ ਪਾਇਆ ਉਹਨੇ ਜੇਬ ਲਵਾਈ ਥੱਲੇ ਕੱਪੜਾ ਲਵਾਇਆ ਇਹਨੇ ਹੱਥ ਪਾਇਆ ਫਟਾਫਟ ਹੱਥ ਬਾਹਰ ਕੱਢ ਕੇ ਕਹਿੰਦਾ ਹੋ ਹਜ਼ਾਰ ਦੇ ਨੋਟ ਦੀ ਐਡੀ ਟੋਪੀ ਨੀ ਹੁੰਦੀ ਉਸੇ ਬੰਦੇ ਦੀ ਜੇਬ ਜਿਹਨੇ ਹੱਥ ਪਾਤਾ ਇਹਨੂੰ ਪੈਸਾ ਲੱਭਿਆ ਨੀ ਸਾਲਾ ਉਹਦੇ ਠੀਪੇ ਘੁੱਟ ਕੇ ਆ ਗਿਆ ਉਸੇ ਬੰਦੇ ਜੇਬ ਚ ਇਹਨੇ ਵੀ ਹੱਥ ਪਾਤਾ ਤੇ ਪਿਛਲੀ ਜੇਬ ਚ ਪਾਤੇ ਤੇ ਉਂਗਲਾਂ ਫਸ ਗਈਆਂ ਆਹੋ
ਸੱਤਾਂ ਭੈਣਾਂ ਦਾ ਜੀ ਜੀ ਚੋਰੀ ਕਰਨ ਗਿਆ ਤੇ ਮੌਕੇ ਤੇ ਫੜਿਆ ਗਿਆ ਸੀਟੀ ਵਾਲੀ ਜੁੱਤੀ ਪਾ ਗਿਆ ਸਾਲਾ ਸੱਤਾਂ ਬੈਂਕ ਇਹ ਵੀ ਬੈਂਕ ਲੁੱਟਣ ਗਿਆ ਤੇ 2 ਮਿੰਟ ਬਾਅਦ ਹੀ ਫੜਿਆ ਗਿਆ ਬੈਂਕ ਲੁੱਟ ਕੇ ਤੇ ਉੱਥੇ ਬਹਿ ਕੇ ਪੈਸੇ ਗਿਣਨ ਲੱਗ ਗਿਆ ਸੱਤਾਂ ਭੈਣਾਂ ਦਾ ਇੱਕੋ ਇੱਕ ਭਰਾ ਹੈ ਜਦੋਂ ਹੋਣ ਵਾਲਾ ਦੀ ਮਾਂ ਦਰਬਾਰ ਕੇ ਗਈ ਕਹਿੰਦੀ ਬਾਬਾ ਜੀ ਮੈਨੂੰ ਪੁੱਤਰ ਦਿਓ ਮੈਂ ਸੋਹਣੀ ਫੁੱਲਾਂ ਵਾਲੀ ਚਾਦਰ ਚੜਾਵਾਂ ਆ ਪੁੱਤ ਹੋਇਆ ਦਾ ਨੱਕ ਵੇਖਿਆ ਉਹਨੇ ਬਾਬੇ ਤੇ ਗੱਡੀ ਚੜਾਤੀ ਇਹ ਸਾਲਾ ਆਪਣੇ ਪਿਓ ਨੂੰ ਕਹਿੰਦਾ ਬਾਈ ਰਾਤ ਨੂੰ ਮੈਂ ਸੋਣਾ ਮੇਰੇ ਖਾਬ ਚ ਅੰਗਰੇਜ਼ ਆਉਂਦੇ ਨੇ ਉਹ ਕਹਿੰਦਾ ਲੰਡੇ ਦੀ ਸ਼ਰਟ ਲਾ ਕੇ ਸੋਇਆ ਕਰ ਸਾਰਿਆ ਸਹੀ ਗੱਲ ਰਾਸ਼ਦ ਦੀ ਮਾਂ ਨੂੰ ਕਹਿੰਦੀ ਪੁੱਤ ਰਿਆਦੀਆਂ ਉਮਰਾਂ ਕਿੰਨੀਆਂ ਕਹਿੰਦਾ ਮੈਂ 6 ਇਹਦੀ ਮਾਂ ਕਹਿੰਦੀ ਕੰਜਰਾ ਤੈਨੂੰ ਕਿੰਨੀ ਵਾਰੀ ਕਿਹਾ ਸਲਵਾਰ ਚੋਂ ਹੱਥ ਕੱਢ ਕੇ ਦੱਸਿਆ ਕਰ ਤੁਸੀਂ ਦੇਖੋ ਯਾਰ ਜਿੰਨ ਕੋਈ ਜ਼ਿਆਦਤੀ ਕਰ ਸਕਦਾ ਯਾਰ ਇਹ ਕੰਮ ਹੀ ਜਿੰਨਾ ਦਾ ਵਿਰਿਆ ਇਹ ਗੱਲ ਫਿਰ ਤੇਰੀ ਮਾਂ ਨੂੰ ਕਿਹੜਾ ਜਿੰਨ ਪਿਆ ਸੀ ਕੈਸਾ ਭੂਤ ਵਰਗਾ ਬੱਚਾ ਜੰਮਿਆ ਉਹਨੇ ਆ ਸਹੀ ਗੱਲ ਹੈ ਚੰਗਾ ਬਾਹਰ ਖੋਤੇ ਨੂੰ ਖਲੋਤਾ ਇੰਜਨ ਕਰੀ ਜਾ ਮੈਂ ਕਿਹਾ ਇਹਨੂੰ ਕਿਉਂ ਕਰਨ ਦਾ ਕਹਿੰਦਾ ਉਹ ਵੀ ਮੈਨੂੰ ਕਰ ਰਿਹਾ ਉਹ ਪੁੱਛ ਲਿਆ ਓ ਲੈ ਪੁੱਛ ਲੈ ਅੰਨਾ ਉਹ ਨਜ਼ਰ ਨਹੀਂ ਆ ਰਿਹਾ ਰਾਸ਼ਦ ਪਹਿਲੀ ਵਾਰੀ ਲਾਹੌਰ ਆਇਆ ਤੇ ਮੈਨੂੰ ਲੈ ਗਿਆ ਸੋਜੋ ਵਾਟਰ ਪਾਰਕ ਉੱਥੇ ਬੜੀ ਲੰਮੀ ਜਿਹੀ ਕੀਸੀ ਬਣੀ ਹੈ ਮੈਂ ਕੀਸੀ ਤੇ ਪਾਇਆ ਤੇ ਸਫ਼ਰ ਦੀ ਤੂੰ ਆਪਣ ਲੱਗ ਪਿਆ ਸਾਲਾ ਇਹਨੇ ਇਹਨੇ ਆਪਣੇ ਪਿਓ ਦੇ ਜਨਾਜ਼ੇ ਤੋਂ ਮਾਰ ਖਾ ਲਈ ਇਹਦੀ ਮਾਂ ਕਹਿੰਦੀ ਜਾ ਫੁੱਲ ਲੈ ਗਿਆ ਤੇ 4 ਪੈਸੇ ਵੱਧ ਗਏ ਤੇ ਨਾਲ ਗਜਰੇ ਵੀ ਲੈ ਆਇਆ ਆਇਆ ਅੱਬਾ ਮਰ ਗਿਆ ਕਿਸੇ ਨੇ ਮਸੀਤੋਂ ਮੰਜਾ ਹੀ ਨਹੀਂ ਦਿੱਤਾ ਉਹਦਾ ਜਨਾਜ਼ਾ ਬਿਲੀਅਰ ਤੇ ਲੈ ਗਿਆ ਸਾਰੇ ਕਹਿਣ ਕਲਮਾ ਸ਼ਹਾਦਤ ਕੱਲਾ ਹੀ ਕਹੀ ਜਾਵੇ ਸੈਂਟਰ ਪਾਕਟ ਚਲੋ ਅੱਛਾ ਇਦਾਂ ਦਾ ਬੰਦਾ ਨਾ ਇਦਾਂ ਦਾ ਬੰਦਾ ਵੈਸੇ ਆਪਣੇ ਆਪ ਚ ਬਹੁਤ ਕੁੜਦਾ ਹੁੰਦਾ ਐਵੇਂ ਘਰੋਂ ਨਿਕਲਣ ਲੱਗਾ ਨਾ ਐਵੇਂ ਆਪਣੇ ਆਪ ਨੂੰ ਕਹੀਆ ਦੋਰ ਫਿੱਟ ਵੀ ਯਾਰ ਮੇਰਾ ਚੰਗੇ ਭਲੇ ਮੈਨੂੰ ਸਾਰੇ ਕਹਿਣ ਡੇ ਸੀ ਵੀ ਅੰਦਰ ਪੈ ਜਾ ਐਵੇਂ ਬਾਹਰ ਪੈ ਗਿਆ ਮੈਂ ਠੰਡ ਲੱਗਦੀ ਰਹੀ ਸਾਰੀ ਰਾਤ ਮੈਨੂੰ ਦੋਰ ਫਿੱਟ ਵੀ ਮੇਰਾ ਯਾਰ ਬੋਲ ਜੁਗਤਾ ਕਰ ਲੱਖ ਦੀ ਡਾਂਟ ਮਿਰਤੇ ਯਾਰ ਲੱਖ ਦੀ ਡਾਂਟ ਚੰਗਾ ਭਲਾ ਮੈਂ ਵੈਗਨ ਚ ਬਹਿ ਜਾਂਦਾ ਮੈਂ ਚਲੇ ਜਾਣਾ ਸੀ ਹੁਣ ਇੱਥੇ ਖਲੋਤਾ ਮੈਨੂੰ ਕੋਈ ਵੀ ਨਹੀਂ ਪਾਉਣ ਡਿਆ ਦੋਰ ਫਿੱਟ ਵੀ ਮੇਰਾ ਯਾਰ ਰਾਸ਼ਦ ਦਾ ਪਿਓ ਮਰ ਗਿਆ ਤਾਂ ਚੁੱਪ ਖਲੋਤਾ ਮੈਂ ਕਿਹਾ ਹੁੰਦਾ ਕਿਉਂ ਨਹੀਂ ਕਹਿੰਦਾ ਮੇਰੇ ਕੋਲ ਇੱਕ ਹੋਰ ਹੈ ਅੱਛਾ ਮੇਰੀ ਗੱਲ ਸੁਣੋ ਗੱਲ ਸੁਣ ਲਓ ਮੇਰੀ ਇਹ ਫੀਲਿੰਗ ਦਾ ਘਰ ਮੁੰਡਾ ਹੈ ਆਪਣੀ ਬੁੱਢੀ ਨੂੰ ਕਹਿੰਦਾ ਮੈਨੂੰ ਬੋਲੀ ਪਿਆ ਯਾਰ ਚੁੱਕੇ ਤੁਸੀਂ ਸਾਰੇ ਉਹਨਾਂ ਰਣੇ ਸਿਰ ਉਹਦੀ ਭੈਣ ਨੇ ਇੱਥੇ ਨੱਚਣਾ ਹੈ ਤੇਰੀ ਨੇ ਵੀ ਨੱਚਣਾ ਅੱਲਾ ਮਾਫ ਕਰੇ ਸਾਡੀਆਂ ਨਹੀਂ ਇੱਥੇ ਨੱਚਦੀਆਂ ਕਿੱਥੇ ਲਾਹੌਰ ਜਰਾਬ ਚੜਾ ਦੇਗਾ ਮੈਂ ਡੈਡੀ ਪਾਪਾ ਅਬੂ ਰੱਖਿਆ
ਤੁਸੀਂ ਜੋ ਉੱਥੇ ਦੇਣਾ ਦੇਖੋ 3700 ਦੀ ਘਰ ਪੈਂਦੀ ਹੈ ਨਾ ਤੇ ਘਰ ਵੀ ਤਾਂ ਪਈ ਰਹਿੰਦੀ ਉਹਦਾ ਕੀ ਫਾਇਦਾ ਤੁਹਾਨੂੰ ਨਹੀਂ ਇਹਦਾ ਮੂੰਹ ਬੰਦ ਕਰਾ ਲਓ, ਇਹਦੀ ਅੰਗਰੇਜ਼ੀ 'ਚ ਅਸੀਂ ਤਿੰਨੇ ਗੰਦੇ ਹੋ ਗਏ। ਅੱਗੇ ਬੜਾ ਲਿਸ਼ਕਦੇ ਹੋ ਸਾਰੇ। ਅੱਛਾ ਜੀ, ਤੁਸੀਂ ਕਰਾਉਣਾ ਆ ਵਿਆਹ? ਹਾਂਜੀ। ਤੁਹਾਡੀ ਕੋਈ ਡਿਮਾਂਡ ਹੋਵੇ? ਬਸ ਸੈਟੀਸਫੈਕਸ਼ਨ ਹੋਣੀ ਚਾਹੀਦੀ ਬੱਚੀ ਦੀ। ਕੀ ਹੋਣਾ ਚਾਹੀਦਾ? ਸੈਟੀਸਫੈਕਸ਼ਨ। ਤੂੰ 3 ਦਿਨ ਇੱਥੇ ਰਹਿ ਲਈ, ਤੂੰ ਆਪਣੇ ਹੱਥੀਂ ਆਪਣਾ ਭਾਣਜਾ ਬਣਵਾ ਕੇ ਜਾਈਂ। ਕੀ ਹੋਣਾ ਕੀ ਚਾਹੀਦਾ ਜੀ? ਸੈਟੀਸਫੈਕਸ਼ਨ। ਇਹ ਜਿੰਨੀ ਜਗ੍ਹਾ ਤੋਂ ਫਰਾਕ ਲਿਆਇਓ ਭਾਵੇਂ ਸਾਨੂੰ ਇਨਫੈਕਸ਼ਨ ਹੋ ਜੇ। ਇਹਨਾਂ ਕੋਲੇ ਲਫ਼ਜ਼ ਹੀ ਕਹਾ ਕੇ ਦਿਖਾ ਇਹਦੇ ਕੋਲੋਂ ਕਹਿ ਸੈਟ। ਯਾਰ ਤੁਸੀਂ ਇੱਥੇ ਜ਼ਰੂਰ ਰੁਕਣਾ, ਤੁਸੀਂ ਅੱਗੇ ਆਇਓ, ਡੋਂਟ ਕਲੈਕਸ਼ਨ ਕਹਿ ਲਓ। ਸੈਟੀਸਫੈਕਸ਼ਨ ਹੈ ਇਹਦੀ। ਉਰਦੂ ਕੀ ਆ ਬੱਚੀ ਸਾਡੀ? ਪਿਆਸੀ ਨਹੀਂ ਰਹਿ ਜਾਂਦੀ? ਕੀ ਡਿਮਾਂਡ ਆ ਜੀ ਤੁਹਾਡੀ? ਸਾਨੂੰ ਗੱਡੀ ਚਾਹੀਦੀ ਹੈ। ਤਿੰਨਾਂ ਟਰਾਂ ਵਾਲੀ ਆ ਸਾਡੇ ਕੋਲ। ਤਿੰਨ ਟਾਇਰ ਹੀ ਹੁੰਦੇ ਆ ਜੀ, ਇੱਕ ਸਾਹਮਣੇ ਟਾਇਰ ਆ, ਦੋ ਥੱਲੇ ਹੁੰਦੇ ਆ। ਇਹ ਦੋ ਥੱਲੇ ਆ ਜਿਹੜੇ ਗੱਲਾਂ ਕਰਦੇ ਆ। ਇਹ ਸਾਡੀ ਵਜ੍ਹਾ ਨਾਲ ਅਗਲੇ ਟਾਇਰ ਦੀ ਸ਼ੋਅ ਸ਼ਾਬ ਆ। ਇਹਨੂੰ ਬੜੀ ਮਿਹਨਤ ਕਰਨੀ ਪਈ, ਰੋਜ਼ ਟਕੋਰ ਕਰਦਾ ਇਹਦੀ। ਤੁਸੀਂ ਚਲਾਉਣੀ ਹੈ ਤਾਂ ਮੈਨੂੰ ਦੱਸੋ, ਮੈਂ ਚੱਲਦੀ ਤੇ ਚੜ੍ਹਨਾ ਵਾ।
ਅੱਛਾ ਗੱਡੀ ਚਾਹੀਦੀ ਹੈ ਤੁਹਾਨੂੰ? ਹਾਂਜੀ ਘਰ ਵੀ ਚਾਹੀਦਾ ਹੈ। ਘਰ ਚਾਹੀਦਾ ਆ, ਹੋਰ ਗੱਡੀ ਚਲਾਉਣ ਵਾਲਾ ਬੰਦਾ ਵੀ ਚਾਹੀਦਾ, ਡਰਾਈਵਰ ਮੁੰਡਾ ਪੌਂਡਾ ਪੀ ਕੇ ਪਾਗਲ ਹੋਇਆ। ਇਹ ਮੇਰਾ ਮੁੰਡਾ ਆ, ਇਹਦਾ ਕਰਨਾ ਆ ਵਿਆਹ। ਹਾਂਜੀ ਜੀ। ਅੱਗੇ ਕਿੰਨੀ ਵਾਰੀ ਹੋਇਆ ਤੇਰਾ ਵਿਆਹ? ਮੇਰਾ ਅੱਜ ਤੋਂ ਸ਼ੁਰੂ ਆ ਜੀ, ਅੱਜ ਤੁਸੀਂ ਆ ਗਏ ਹੋ ਨਾ, ਅੱਜ ਤੋਂ ਸ਼ੁਰੂ ਆ। ਅੱਗੇ ਪਹਿਲੇ ਕਦੀ ਵਿਆਹ ਨਹੀਂ ਹੋਇਆ? ਨਹੀਂ ਪਹਿਲੇ ਕਦੀ ਨਹੀਂ ਆਇਆ ਭਾਜੀ। ਆਪ ਕੀਤਾ ਹੋਵੇ? ਨਹੀਂ, ਉਹ ਇੱਕ ਦੋ ਵਾਰੀ ਇੱਕ ਮੁੰਡੇ ਨੂੰ ਮੈਂ ਦਿੱਤੇ ਆ 50 ਰੁਪਏ। ਹਾਂ, ਉਹਨੇ ਫਿਰ ਚੰਗਾ ਤਕੜਾ ਰੱਖ ਕੇ ਮੇਰਾ ਉਹ ਤੋਂ ਦਿਲ ਬੋਰ ਹੋ ਗਿਆ। ਮੈਂ ਕਿਹਾ ਨਹੀਂ ਆ, ਸਾਡੀ ਫੈਮਿਲੀ ਸਾਦਾ, ਸਾਡੇ ਅੱਬੇ ਦਾ ਨਹੀਂ ਹੋਇਆ ਅਜੇ ਤੱਕ। ਹੈਂ? ਤੇ ਸਾਲਿਆ, ਜੇ ਅੱਬੇ ਦਾ ਵਿਆਹ ਨਹੀਂ ਹੋਇਆ ਤਾਂ ਸਾਨੂੰ ਇਹਨੇ ਡਾਊਨਲੋਡ ਕੀਤਾ? ਆ ਮੇਰਾ ਮੁੰਡਾ ਆ। ਹਾਂਜੀ ਹਾਂਜੀ। ਇਹ ਮੇਰੀ ਗੋਲੀ ਚੁੱਕ ਕੇ ਖਾ ਗਿਆ, ਸਾਰਾ ਮੂੰਹ ਖੜਾ ਕੀਤਾ ਆ। ਤੁਹਾਡੀ ਗੋਲੀ ਦਾ ਮੂੰਹ ਖੜਾ ਹੋ ਜਾਂਦਾ, ਤੁਹਾਡਾ ਆਪਣਾ ਕਿਉਂ ਗੋਲ ਹੋਇਆ? ਵੇਲਾ ਕਿੱਡਾ ਨਹੀਂ, ਤੁਹਾਨੂੰ ਗੋਲੀ ਦਾ ਨਾ ਭੈਣ ਦੇਣ ਵਾਲੀਆਂ ਗੱਲਾਂ ਨਹੀਂ ਕਰਦਾ ਹੈਗਾ। ਆਲੂ ਵਾਲੀ ਟਿੱਕੀ ਵਰਗਾ ਮੂੰਹ ਆ। ਡੈਡੀ ਕਬੂਲੀ ਇਸ ਤਰ੍ਹਾਂ ਨੀ ਕਰੀਦੀ ਹੁੰਦੀ ਡੈਡੀ, ਉਹਨਾਂ ਜੱਫੀ ਪਾ ਕੇ ਮਰਜ਼ੀ ਕਬੂਲ ਕਰੀਏ। ਤੈਨੂੰ ਪਤਾ ਸਾਡਾ ਆਪਾਂ ਜੱਫੀ ਜਿੱਥੋਂ ਤੁਹਾਨੂੰ ਲੱਗਣ ਡਈ ਨਾ, ਉਦੋਂ ਹੋਰ ਸ਼ੈ ਹੋ ਜਾਂਦੀ ਏ। ਇੱਧਰ ਹੋ ਜਾਓ। ਤੇਰਾ ਮੂੰਹ ਜੇ 4 ਸਾਲ ਬਾਅਦ ਮੂੰਹ ਤੇ ਮਾਸਕ ਲਾਇਆ, ਨੈ ਨਸ਼ੇ ਐ ਮਿੱਡੇ ਹੋਏ ਸਾਲਾ, ਤੇਰਾ ਬੜਾ ਘੁਮੇ ਬਰਾਦਰ ਕਾ ਮੂੰਹ ਆਪਣਾ ਵੀ ਦੇ, ਛੋਟੇ ਬੱਟੇ ਦਾ ਮੂੰਹ ਤੇਰਾ, ਜਿਹੜਾ ਪਿੱਛੋਂ ਨੀ ਸਾਫ਼ ਕਰੀਦਾ। ਚਲੋ ਜੀ, ਭੈਣ ਤੁਹਾਡੀ ਚੰਗੀ ਆ ਜੀ, ਨਾ ਦੇ ਆਓ ਚਲੀਏ ਭੈਣ। ਓਏ ਹੋਏ ਹੋਏ, ਠੀਕ ਹੈ ਜੀ, ਲੈ ਆ ਕਿੱਥੇ ਆ? ਆ ਗਈ ਆ ਗਈ ਆ ਗਈ ਆ ਗਈ ਆ ਗਈ, ਵੱਜ ਆ ਜਾ।
ਇਹ ਸਾਲੇ ਦਾ ਮੂੰਹ ਇਹਦੇ ਜਿਵੇਂ ਅੱਗੇ ਅੱਗ ਬਲਦੀ ਹੈ। ਅੱਗ ਅੱਗੇ ਹੀ ਬਲਦੀ ਹੁੰਦੀ। ਅੱਛਾ ਜੀ, ਮੁੰਡਾ ਤੁਸੀਂ ਵੇਖਣ ਆਏ ਹੋ? ਹਾਂ ਜੀ, ਮੁੰਡਾ ਵੇਖਣ ਆਏ। ਮੁੰਡਾ ਕਿਹਦਾ ਹੈ? ਮੁੰਡਾ ਮੇਰਾ ਮਾਸ਼ਾਅੱਲਾ ਖੂਬਸੂਰਤ ਆ। ਕਿੱਡਾ ਸਾਰਾ, ਕਿੱਡਾ ਸਾਰਾ ਮੁੰਡਾ, ਕਿੱਡਾ ਸਾਰਾ, ਕਿੱਡਾ ਸਾਰਾ ਮੁੰਡਾ। ਇਹ ਸਾਲੇ ਦਾ ਮੂੰਹ ਇਹਦੇ ਜਿਵੇਂ ਨਿੱਚ ਪਸੀ ਆ। ਹਾਂ ਜੀ, ਬੁਲਾਓ ਮੁੰਡੇ ਨੂੰ। ਮੂੰਹ ਤੋਂ ਯਾਦ ਆਇਆ, ਇਹਨੇ ਸਤੰਜਾ ਕਰਨਾ ਹੋਵੇ ਪਾਣੀ ਮੂੰਹ ਤੇ ਮਾਰਦਾ। ਇਹਦੇ ਮੂੰਹ ਦਾ ਹਿਸਾਬ ਲਾਓ, ਕਿਹਦਾ ਮੂੰਹ ਹੈ? ਇਹਦਾ ਐਂਡ ਸੇਮ। ਓਏ ਜਦੋਂ ਬੰਦਾ ਕੱਦ ਤੋਂ ਗੰਦੀ ਫਿਲਮ ਦੇਖਦਾ ਕਰ। ਬੰਦਾ ਇਹਨੂੰ ਵੇਖ ਕੇ ਪਰੇ ਹੋ ਜਾਂਦਾ, ਖਰਾ ਥੁੱਕਣ ਲੱਗਾ। ਇਹਦੇ ਅੱਗੇ ਨੇ ਕਿਹਾ
ਕਹਿੰਦਾ ਚਾਚਾ ਇਹ ਰੱਖ ਲਾ ਹਲਵਾ ਦੇ, ਆਹ ਕਿਸੇ ਕੰਮ ਆ ਜਾਣਾ ਜਾਂ ਕਿਸੇ ਕੰਮ ਨਹੀਂ ਆਉਣਾ। ਇਹ ਜਦੋਂ ਬਣਾਉਣ ਲੱਗੇ ਪਤਾ ਨਹੀਂ ਫਰਿਸ਼ਤਿਆਂ ਨੂੰ ਕੋਈ ਕੰਮ ਪੈ ਗਿਆ, ਸਾਰੀਆਂ ਚੀਜ਼ਾਂ ਉੱਤੇ ਹੀ ਰੱਖ ਗਏ। ਇਹ ਇੰਨਾ ਨੁਕਸ ਕੱਢੇ ਨਾ ਨਾ ਹੁੰਟਾਂ ਦੀ ਬਣਾਵਟ ਆ, ਸਾਰੇ ਆ ਢਿੱਲੇ ਹੀ ਆ। ਨਹੀਂ ਉਸਤਾਦ ਜੀ, ਇੰਨਾ ਨੁਕਸ ਕੱਢੇ ਨਾ ਬੱਚੀ ਦਾ ਰਿਸ਼ਤਾ ਮਿਲਿਆ। ਆ ਬੰਦਾ ਕੋਠੇ ਤੇ ਇੱਟ ਸਿੱਟੇ ਏਦਾਂ ਨਾ ਮੂੰਹ ਬਣਦਾ ਆ ਕਰਕੇ। ਇਹਦਾ ਇਹਦਾ ਮਾਂ ਇਹਦੇ ਥੱਲੋਂ ਕੱਢ ਲਓ ਕੁਛ ਹੈ, ਇਹਦਾ ਮਾਮਾ ਮਿਲਣ ਤੇ ਨਹੀਂ ਆਉਂਦਾ। ਉਹ ਕਹਿੰਦਾ ਮੈਂ ਜਾਣਾ, ਮੇਰਾ ਭਾਣਜਾ ਸਿੱਧੇ ਮੂੰਹ ਗੱਲ ਹੀ ਨਹੀਂ ਕਰਦਾ। ਮੁੰਡਾ ਬਹੁਤ ਸੋਹਣਾ ਜੀ, ਜਿਹਨਾਂ ਤੁਹਾਡੀ ਸ਼ਾਦੀ ਆ। ਪੜਿਆ ਲਿਖਿਆ? ਫੜਿਆ ਲਿਖਿਆ ਜੀ, ਪੜਿਆ ਲਿਖਿਆ। ਕਈ ਵਾਰੀ ਲਿਖਦੇ ਆ ਉਤੋਂ ਫੜਿਆ ਵਾ, ਉਹ ਲਵ ਲੈਟਰ ਲਿਖਦਾ ਸੀ। ਅੱਛਾ ਜੀ, ਮੁੰਡਾ ਕਿੰਜ ਦਾ ਹੋਣਾ ਚਾਹੀਦਾ? ਸੋਹਣਾ, ਪੜਿਆ ਲਿਖਿਆ ਤੇ ਪੈਸੇ ਵਾਲਾ। ਮੇਰੇ ਵਰਗਾ? ਕਿਹੜਾ ਤੇਰੇ ਵਰਗਾ? ਮੰਮੀ ਡੈਡੀ, ਉਹ ਮੇਰੇ ਕੋਲ 2 ਲੱਖ ਹੋਵੇ ਤੂੰ ਮੈਨੂੰ ਕਹੀ ਜਾਣਾ ਅਮਰ ਖਾਨ ਨਾਲ ਪਾਕਿਸਤਾਨ ਦੇ। ਜਿੰਨਾ ਮੂੰਹ ਖੋਲਦਾ ਇਹਨੇ ਪਹਿਲੀ ਬੁੱਢੀ ਮਾਰਤੀ, ਉਹ ਕਿਸ ਕਰਨ ਲੱਗਿਆ ਉਹਦਾ ਨੱਕ ਵੀ ਵਿੱਚ ਲੈ ਲਿਆ। ਇਹ ਪਾਕਿਸਤਾਨ ਚ ਬਾਹਰ ਬੰਦਾ ਜਿਹਨੂੰ ਆਪਣੇ ਆਪ ਤੋਂ ਬੋ ਆਉਂਦੀ ਹੈ। ਸਾਦਾ ਫੈਮਿਲੀ ਤੋਂ ਆ ਸਾਦਾ। ਠੀਕ ਹੈ ਹੋ ਤੇਰੇ ਪਿਆਸਾ ਦਿਲ ਮੇਰਾ ਲਗੇ ਆਪ ਸਾਂ ਮੁਝੇ ਤਨ ਤੇਰਾ ਕਭੀ ਮੇਰੇ ਸਾਥ ਕੋਈ ਰਾਤ ਗੁਜ਼ਾਰ ਤੁਮੇ ਸੁਬਹ ਤੱਕ ਮੈਂ ਕਰੂੰ ਪਿਆਰ ਏ ਆਹੂ 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 ਮੈਂ ਜਾਣਾ ਅਜੇ ਮੈਂ ਜਾਣਾ
ਬਿਜੀਏ ਰਜਾਈ ਉੱਤੇ ਜਗਦ ਚਲਣਾ ਯਾਰ ਚਾਰ ਬੰਦੇ ਹੋ ਗਏ ਹੀ ਦਿਲ ਖੋ ਗਿਆ ਹੋ ਗਿਆ ਤੁਹਾਡਾ ਪਿਓ ਚ ਹੋ ਗਿਆ ਇਹਦਾ ਜਹਿਰ ਬਣਾਉਣਾ ਉਹ ਦਿਲ ਖੋ ਗਿਆ ਤੇਰਾ ਨੈਣ ਨਕਸ਼ ਹੋ ਗਿਆ ਜਿੱਥੇ